ਨਾਲ ਨੌਜਵਾਨ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਅੱਜ ਦਾ ਜਿਹੜਾ ਕਾਫਲਾ ਹੈ ਕਿਸ ਮਸਲੇ 'ਚ ਆ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਸੁਖਵੀਰ ਸਿੰਘ ਜਿਹੜਾ ਅੱਜ ਦਾ ਸਾਡਾ ਟਰੈਕਟਰ ਰੈਲੀ ਆ ਸ੍ਰੀ ਚਮਕੌਰ ਸਾਹਿਬ ਵਿਖੇ ਇਹ ਇੱਕ ਸੰਕੇਤਕ ਇੱਕ ਰਹੱਸਲ ਦੇ ਤੌਰ 'ਤੇ ਆ ਜਿਹੜੀ ਕਿ ਜਿਵੇਂ ਕਿ ਪਤਾ ਹੀ ਆ ਦਿੱਲੀ ਵਿਖੇ ਕਿਸਾਨ ਅਤੇ ਮਜ਼ਦੂਰ ਵੀਰ ਸੰਘਰਸ਼ ਕਰ ਰਹੇ ਆ ਕਾਲੇ ਕਾਨੂੰਨ ਜਿਹੜੇ ਸੈਂਟਰ ਸਰਕਾਰ ਨੇ ਬਣਾਏ ਆ ਉਹਦੇ ਖਿਲਾਫ ਅਤੇ ਜਿਹੜੀ ਸੈਂਟਰ ਸਰਕਾਰ ਆ ਉਹ ਆਨਾਕਾਨੀ ਕਰ ਰਹੀ ਹੈ ਤਰੀਕ ਪ੍ਰਤੀਕ ਦੇ ਰਹੀ ਆ ਕਿ ਉਹਨਾਂ ਨੂੰ ਐਂ ਆ ਕਿ ਕਿਸਾਨ ਕਿਤੇ ਤੰਗ ਆ ਕੇ ਇਹ ਜਿਹੜਾ ਆਪਣਾ ਧਰਨਾ ਉਹਦੇ 'ਤੇ ਚੱਕ ਲੈਣ ਉਹ ਹਰੇਕ ਵਾਰੀ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ ਪਰ ਉਹ ਜਿਹੜੇ ਕਿਸਾਨ ਮਾਰੂ ਬੇਲਾ ਉਹਨਾਂ ਨੂੰ ਵਾਪਸ ਨਹੀਂ ਲੈ ਰਹੀ ਹਰੇਕ ਵਾਰੀ ਕੋਈ ਨਾ ਕੋਈ ਬਹਾਨਾ ਲਾ ਕੇ ਉਹ ਕਹਿ ਦਿੰਦੇ ਕਦੇ ਤਾਂ ਕਹਿ ਦਿੰਦੇ ਕਿ ਅਸੀਂ ਸੋਧ ਕਰ ਦਿੰਦੇ ਹਾਂ ਅਤੇ ਕਦੇ ਕਹਿ ਦਿੰਦੇ ਅਸੀਂ ਪਰਾਲੀ ਬਿੱਲ ਰੱਦ ਕਰਤਾ ਜਾਂ ਬਿਜਲੀ ਬਿੱਲ ਰੱਦ ਕਰ ਦਿੰਦੇ ਹਾਂ ਪਰ ਉਹ ਇਸ ਨੂੰ ਵਾਪਸ ਨਹੀਂ ਲੈ ਰਹੇ ਹੁਣ ਇਹ ਅੱਜ ਦਾ ਜਿਹੜੀ ਰਹੱਸਲ ਰੈਲੀ ਹੈ ਸਾਡੀ ਚਮਕੌਰ ਸਾਹਿਬ ਵਿਖੇ ਇਹਦਾ ਮਕਸਦ ਹੀ ਇਹ ਆ ਕਿ 26 ਨੂੰ ਜੇਕਰ ਸੈਂਟਰ ਸਰਕਾਰ ਇਹ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਜਾਣੀ ਕਿ ਜਿਹੜੀਆਂ ਸਾਡੀ ਕਿਸਾਨ ਜਥੇਬੰਦੀਆਂ ਜਿੰਨੀ ਵੀ ਸੰਘਰਸ਼ 'ਚ ਸ਼ਾਮਿਲ ਸਾਡੇ ਲੋਕ ਆ ਵੀਰ ਆ ਸਾਰੇ ਭਾਰਤ ਦੇ ਚਾਹੇ ਉਹ ਹਰਿਆਣੇ ਦੇ ਆ ਚਾਹੇ ਪੰਜਾਬ ਦੇ ਸਾਰੇ ਵਿੱਚ ਮਜ਼ਦੂਰ ਵੀ ਆ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਜਿਹੜੀ 26 ਜਨਵਰੀ ਨੂੰ ਟਰੈਕਟਰ ਰੈਲੀ ਕਰਨੀ ਆ ਉਹਦੀ ਰਹੱਸਲ ਦੇ ਤੌਰ 'ਤੇ ਇਹ ਅੱਜ ਰਹੱਸਲ ਕੀਤੀ ਜਾ ਰਹੀ ਆ ਪੰਜਾਬ ਵਿੱਚ 12,000 ਤੋਂ ਪਲੱਸ ਪਿੰਡ ਆ ਉਹਦੇ ਲਈ ਹਰੇਕ ਪਿੰਡ ਨੂੰ ਤਕਰੀਬਨ 10 ਕੁ ਟਰੈਕਟਰ ਆਉਂਦੇ ਆ ਪਰ ਸਾਡੇ ਜਿਹੜਾ ਖੂਨ ਆ ਪੰਜਾਬੀਆਂ ਦਾ ਇਹ ਅਣਖੀ ਖੂਨ ਆ ਇਹ 10 ਟਰੈਕਟਰ ਕਿਹਾ ਹਰੇਕ ਟਰੈਕਟਰ ਕੋਈ ਹੀ ਬੰਦਾ ਹੋਊਗਾ ਜਿਹੜਾ ਆਪਣਾ ਟਰੈਕਟਰ ਲੈ ਕੇ ਦਿੱਲੀ ਨਹੀਂ ਪਹੁੰਚੂਗਾ ਉੱਥੇ ਲੱਖਾਂ ਦੀ ਗਿਣਤੀ ਵਿੱਚ ਲਗਭਗ ਜਿਹੜੇ ਪੰਜਾਬ ਦੇ ਟਰੈਕਟਰਾਂ ਦੀ ਆਪਾਂ ਗਿਣਤੀ ਕਰੀਏ ਮੋਟੀ ਜੀ ਕਰੀਏ ਵੀ 1.5 ਕਰੋੜ ਦੇ ਉੱਪਰ ਟਰੈਕਟਰ ਪੰਜਾਬ ਦੇ ਵਿੱਚ ਹੈਗਾ ਜੇ ਸਾਰਾ ਟਰੈਕਟਰ ਉੱਥੇ ਚਲੇ ਜਾਂਦਾ ਫਿਰ ਤਾਂ ਬਹੁਤ ਵੱਡਾ ਇਕੱਠ ਹੋ ਜੂਗਾ ਹਾਂਜੀ ਬਿਲਕੁਲ ਜੀ ਕਿਉਂਕਿ ਜਿਹੜੀ ਜ਼ਮੀਨ ਆ ਜ਼ਮੀਨ ਹੈ ਸਾਡੇ ਲਈ ਸਾਰਾ ਕੁਛ ਆ ਚਾਹੇ ਅਸੀਂ ਮਜ਼ਦੂਰ ਹਾਂ ਚਾਹੇ ਉਹ ਆ ਸਾਰੇ ਕਿੱਤੇ ਤਕਰੀਬਨ ਜ਼ਮੀਨੀ ਗੱਲ ਹੀ ਸੰਬੰਧਿਤ ਆ ਕਿਸਾਨੀ ਤੋਂ ਹੀ ਕਿੱਤੇ ਚੱਲਦੇ ਆ ਚਾਹੇ ਕਰਿਆਨੇ ਦਾ ਲੈ ਲਓ ਚਾਹੇ ਕੋਈ ਹੋਰ ਲੈ ਲਓ ਚਾਹੇ ਆੜਤੀਆਂ ਦਾ ਲੈ ਲਓ ਇਹ ਕਿਸਾਨੀ ਨਾਲ ਸੰਬੰਧਿਤ ਹੀ ਸਾਰੇ ਕਿੱਤੇ ਆ ਕਿਸਾਨੀ ਤੋਂ ਹੀ ਚੱਲਦੇ ਆ ਜੇ ਅੱਜ ਅਸੀਂ ਕਿਸਾਨੀਓ ਖਤਮ ਹੋ ਗਈ ਫਿਰ ਰਹਿ ਕਿਆ ਗਿਆ ਪੰਜਾਬ ਤਾਂ ਖਤਮ ਆ ਕਿਉਂਕਿ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਕਿਸਾਨੀ 'ਤੇ ਹੀ ਚੱਲਦੀ ਆ ਨਾ ਪੰਜਾਬ ਦੀ ਹੀ ਨਹੀਂ ਭਾਰਤ ਦੀ ਆਰਥਿਕਤਾ ਵੀ ਕਿਸਾਨੀ ਤੋਂ ਹੀ ਚੱਲਦੀ ਆ ਪਰ ਅੱਜ ਦੀ ਜਿਹੜੀ ਕਾਰਪੋਰੇਟ ਘਰਾਨਿਆਂ ਦੀ ਕਠਪੁਤਲੀ ਸਰਕਾਰ ਸੈਂਟਰ ਦੀ ਮੋਦੀ ਸਰਕਾਰ ਆ ਇਹ ਕਾਰਪੋਰੇਟ ਘਰਾਨਿਆਂ ਕੋਲ ਗਰਮੀ ਰੱਖੋਗੀ ਉਹਨਾਂ ਦੇ ਕਹਿ 'ਤੇ ਇਹਨਾਂ ਨੇ ਇਹ ਕਾਨੂੰਨ ਬਣਾਏ ਆ ਕਿਸਾਨੀ ਨੂੰ ਖਤਮ ਕਰਨ ਲਈ ਇਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ ਅਤੇ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ ਜੇ ਉਹ ਸਾਨੂੰ ਆਪਣੀ ਮੰਨਦੇ ਆ ਤਾਂ ਇਹ ਕਿਸਾਨ ਜਿਹੜੇ ਮਾਰੂ ਬੇਲਾ ਇਹਨਾਂ ਨੂੰ ਵਾਪਸ ਲਵੇ ਚਲੋ ਦੇਖਣਾ ਹੋਵੇਗਾ ਕਿਉਂਕਿ ਜਿੱਦਾਂ ਚਮਕੌਰ ਸਾਹਿਬ ਦੇ ਵਿੱਚ ਰਹੱਸਲ ਸ਼ੁਰੂ ਹੋ ਚੁੱਕੀ 26 ਜਨਵਰੀ ਦੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫਲਾ ਬਹੁਤ ਵੱਡਾ ਅਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇੱਦਾਂ ਹੀ ਰਹੱਸਲਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਅਤੇ ਆਪਾਂ ਦੇਖਣਾ ਹੋਵੇਗਾ ਵੀ ਇਹ ਜਿਹੜੇ ਮਸਲੇ ਆ ਜਿਹੜਾ ਇਹ ਰੈਲੀ ਦਾ ਮਸਲਾ ਹੈ ਅਤੇ ਜਿਹੜਾ 26 ਜਨਵਰੀ ਦਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਅਤੇ ਉਹਦੇ ਉੱਤੇ ਕਿੰਨਾ ਕੁ ਪੂਰਾ ਉਤਰਦੇ ਨੇ ਅਤੇ ਅਸਲ ਮੇਨ ਜਿਹੜੀ ਮੀਟਿੰਗ ਆ ਕੱਲ੍ਹ ਦੀ ਮੀਟਿੰਗ 'ਤੇ ਆਖਾਂ ਕਿਸਾਨਾਂ ਦੀ ਵੀ ਅਤੇ ਨੌਜਵਾਨਾਂ ਦੀ ਵੀ ਜੇ ਕੱਲ੍ਹ ਨੂੰ ਨਾ ਕੁਛ ਹੋਇਆ ਅਤੇ 26 ਜਨਵਰੀ ਦਾ ਅਟੱਲ ਜਿਹੜਾ ਫੈਸਲਾ ਦਿੱਤਾ ਗਿਆ ਇਹ ਅਟੱਲ ਹੋਵੇਗਾ ਤੁਸੀਂ ਬਣੇ ਰਹੋ ਡੇਲੀ ਲਾਈਵ TV